ਕਿਹਾ ਜਾਂਦਾ ਅਤੇ ਅੱਜ ਆਪਾਂ ਵੇਖ ਰਹੇ ਹਾਂ ਕਿ ਇਸੇ ਹੀ ਪਵਿੱਤਰ ਧਰਤੀ ਉੱਤੇ ਥਾਂ ਥਾਂ ਦੇ ਗੰਦਗੀ ਦੇ ਢੇਰ ਲੱਗੇ ਹੋਣ ਦੇ ਕਾਰਨ ਲੋਕ ਬਿਮਾਰ ਪੈ ਰਹੇ ਨੇ। ਲਾਗੇ ਜੋ ਵਸਦੀ ਆਬਾਦੀ ਦੇ ਵਿੱਚ ਲੋਕ ਚੰਗੀ ਤਰ੍ਹਾਂ ਖਾਣਾ ਨਹੀਂ ਖਾ ਸਕਦੇ, ਰਾਤ ਨੂੰ ਜਦੋਂ ਬਦਬੋ ਆਉਂਦੀ ਹੈ, ਹਵਾ ਚੱਲਦੀ ਹੈ ਤਾਂ ਲੋਕਾਂ ਨੂੰ ਨੀਂਦ ਵੀ ਨਹੀਂ ਆਉਂਦੀ, ਜਿਸ ਦੇ ਕਾਰਨ ਕਈ ਲੋਕ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਜੋ ਬਜ਼ੁਰਗ ਨੇ ਸਾਹ ਲੈਣ ਤੋਂ ਬੜੇ ਹੀ ਉਤਾਵਲੇ ਨੇ ਅਤੇ ਕਈਆਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਹੈ, ਡੇਂਗੂ ਦੀ ਬਿਮਾਰੀ ਚੱਲ ਰਹੀ ਹੈ, ਕਈ ਉਂਝ ਬਿਮਾਰ ਪਏ ਹੋਏ ਨੇ। ਅਸੀਂ ਵੇਖਦੇ ਹਾਂ ਕਿ ਪ੍ਰਸ਼ਾਸਨ ਇਸ ਬਾਰੇ ਕੀ ਕਰਦਾ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਨੇ ਕਿ ਸਵੱਛ ਭਾਰਤ ਬਣਾਉਣਾ ਹੈ, ਤਾਂ ਵੇਖਣਾ ਹੈ ਕਿ ਸਾਡਾ ਪੰਜਾਬ ਸਵੱਛ ਬਣਦਾ ਕਿ ਗੰਦਗੀ ਦੇ ਢੇਰਾਂ ਦੇ ਵਿੱਚ ਇਸੇ ਤਰ੍ਹਾਂ ਹੀ ਦੱਬਾ ਰਹਿੰਦਾ ਹੈ। ਦੇਖਦੇ ਰਹੋ NVTV, ਤੁਹਾਡਾ ਆਪਣਾ ਚੈਨਲ। ਸਾਂਝੀ ਸੰਘਰਸ਼ ਕਮੇਟੀ ਵੱਲੋਂ ਆਰੰਭੇ ਗਏ ਇਸ ਧਰਨੇ ਚ ਬਿਰਾਜਮਾਨ ਮੇਰੇ ਸਾਰੇ ਸਤਿਕਾਰਯੋਗ ਬਜ਼ੁਰਗੋ, ਮਾਤਾਓ, ਭੈਣੋ, ਵੱਡੇ ਵੀਰੋ, ਨੌਜਵਾਨ ਸਾਥੀਓ, ਫਤਿਹ ਦੀ ਦਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਜੈ ਸ੍ਰੀ ਰਾਮ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜਾ ਇਹ ਧਰਨਾ ਇਹ ਆਮ ਬਾਹਰ ਦੀ ਲੜਾਈ ਦੇ ਨਾਲ ਲੜਿਆ ਜਾਏਗਾ। ਸਾਡੀ ਆਸਥਾ ਦਾ ਕੇਂਦਰ, ਸਾਡੇ ਸਾਰਿਆਂ ਦਾ ਮੱਕਾ, ਸਾਡੇ ਸਾਰਿਆਂ ਦੀ ਰੂਹ, ਸਾਡੇ ਸਾਰਿਆਂ ਦੀ ਹੋਂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਕੀ ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਹੋਵੇ? ਅਸੀਂ ਕਿਵੇਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਪਾਵਾਂਗੇ? ਸ਼ਰਮ ਦੇ ਨਾਲ ਸਿਰ ਚੁੱਕ ਜਾਂਦਾ, ਸ਼ਰਮ ਦੇ ਨਾਲ ਸਿਰ ਚੁੱਕ ਜਾਂਦਾ ਜਦੋਂ ਇਹ ਪਿੱਛੇ ਵੇਖੋ ਅਜੀਤ ਅਖਬਾਰ ਮੰਗਲਵਾਰ 11 ਅਗਸਤ ਨੂੰ ਇਹ ਖਬਰ ਛਪਦੀ ਹੈ। ਕੀ ਖਬਰ ਛਪਦੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ 430 ਸਥਾਨ ਦੇ ਉੱਤੇ ਹੈ ਦੇਸ਼ ਭਰ ਚ ਗੰਦਗੀ ਦੇ ਵਿੱਚ। ਪੰਜਾਬ ਦੇ ਉੱਤੇ ਵੱਖ ਵੱਖ ਸਮੇਂ ਤੇ ਵੱਖ ਵੱਖ ਸਰਕਾਰਾਂ ਨੇ ਰਾਜ ਕੀਤਾ, ਪਰ ਕਦੇ ਵੀ ਕਿਸੇ ਨੇ ਸਾਡਾ ਇਹ ਦੁੱਖ ਨਹੀਂ ਜਾਣਿਆ। ਅੱਜ ਜਿਹੜਾ ਧਰਨਾ ਇੱਥੇ ਲੱਗਾ ਇਹ ਹਰ ਪਾਰਟੀ ਤੋਂ ਵੱਖਰਾ, ਇਹਦਾ ਕਿਸੇ ਪਾਰਟੀ ਨਾਲ ਕੋਈ ਤਾਲੁਕਾਤ ਨਹੀਂ। ਮੈਂ ਅੱਜ ਇਸ ਮੰਚ ਤੋਂ ਨਿਯੋਤਾ ਦੇਣਾ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸੇ ਨੇ ਉਹਨਾਂ ਸਾਰੇ ਸਿੱਖਾਂ ਨੂੰ ਨਿਯੋਤਾ ਦੇਣਾ, ਹਰੇਕ ਉਸ ਬੰਦੇ ਨੂੰ ਨਿਯੋਤਾ ਦੇਣਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆਪਣੀ ਆਸਥਾ ਰੱਖਦਾ, ਉਹ ਇੱਥੇ ਆਵੇ ਔਰ ਵੇਖੇ ਕਿ ਕਿਸ ਪ੍ਰਦੂਸ਼ਿਤ ਮਾਹੌਲ ਦੇ ਵਿੱਚ, ਵਾਤਾਵਰਨ ਦੇ ਵਿੱਚ ਸਾਡੇ ਕੀ ਰਹਿ ਰਿਹਾ। ਕੁਝ ਸਰਕਾਰ ਦੇ ਵਿੱਚ ਬੈਠੇ ਅਫਸਰਾਂ ਨੇ ਕਰਾਈ, ਅਸੀਂ ਉਹਨਾਂ ਨੂੰ ਇਹ ਗਲਤੀ ਨਹੀਂ ਕਰ ਸਕਦੇ। ਮੈਂ ਹਰੇਕ ਸਿੱਖ ਲੀਡਰ ਔਰ ਹਰੇਕ ਉਸ ਬੰਦੇ ਨੂੰ ਨਿਯੋਤਾ ਦੇਣਾ ਦੁਨੀਆ ਭਰ ਚੋਂ, ਔਰ ਮੈਂ ਉਹਨਾਂ ਨੂੰ ਹਕੀਕਤ ਦੇ ਨਾਲ, ਤੱਥਾਂ ਦੇ ਨਾਲ ਚਿੱਠੀਆਂ ਵੀ ਲਿਖਾਂਗਾ, ਟੈਲੀਫੋਨ 'ਤੇ ਗੱਲਾਂ ਵੀ ਕਰਾਂਗਾ, ਉਹਨਾਂ ਨੂੰ ਪੂਰੀ ਵੀਡੀਓ ਵੀ ਕਰਾਂਗਾ ਕਿ ਜੋ ਇੱਥੇ ਹੋ ਰਿਹਾ ਉਹਦੇ ਇੱਕ ਇੱਕ ਗੱਲ ਦੇ ਨਾਲ ਜਾਣੂ ਕਰਾਵਾਂਗਾ। ਔਰ ਮੈਂ ਸੰਗਤ ਅੱਗੇ ਵੀ ਇਹ ਦੱਸਣਾ ਚਾਹੁੰਦਾ ਕਿ ਜਥਾ ਲੈ ਕੇ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਅੱਗੇ ਵੀ ਬੇਨਤੀ ਕਰਾਂਗੇ ਕਿ ਉਹ ਹੁਕਮਨਾਮਾ ਜਾਰੀ ਕਰਨ ਕਿ ਜਿਹੜਾ ਇਹ ਗੰਦਗੀ ਦਾ ਢੇਰ ਇਹਨੇ ਲਾਗੇ ਸਾਡੇ ਲਾਇਆ ਇਹਨੂੰ ਘੱਟੋ ਘੱਟ 20-25 ਕਿਲੋਮੀਟਰ ਬਾਹਰ ਲੈ ਕੇ ਜਾਇਆ ਜਾਵੇ। 20-25 ਕਿਲੋਮੀਟਰ ਤੋਂ ਉਰਾ ਨਹੀਂ ਰਹਿਣ ਦੇਣਾ। ਜੇ ਸੁਪਰੀਮ ਕੋਰਟ ਗ੍ਰੀਨ ਟ੍ਰਿਬਿਊਨਲ ਤਾਜ ਮਹਿਲ ਨੂੰ ਬਚਾਉਣ ਲਈ
हजार स्क्वेयर किलोमीटर एरिया छड सकती है कि 10,000 स्क्वेयर किलोमीटर से कोई भी प्रदूषण करने वाली की नहीं लगेगी। सचखंड श्री हरिमंदर साहब का रुख भाई बहुत उच्चा है। अफसर की कहते हैं कि नवी जगह लेनी बड़ी मुश्किल है। अफसर की कहते हैं कि नवी जगह लेनी मुश्किल है, जोसियां लैनिया ने वो भी बड़िया मुश्किल। मैं पूछना चाहना जे जगह लेनी मुश्किल है, जे एनओसियां लैनिया मुश्किल है, तो सानू की फायदा सरकार बनाता? फिर घर पइए फिर सरकार रहता भी कोई फायदा? हिंदुस्तान की सरकार अज साड़ी पाई वाली सरकार परमिशन कितों आ रही ने? महकमे ने देनिया ना, अफसर ने देनिया ने। महकमे किरे थले ने, अफसर किरे थले ने, जहां पंजाब सरकार थले ने, जहां हिंदुस्तान की सरकार थले ने। केड़ा मंत्री आखे नहीं लगता मान्यो सरकार सरदार प्रकाश सिंह बादल साहब और मान्यो सरकार सरदार सुखबीर सिंह बादल साहब? जे कितने केंद्र की आखे लगता जहां पंजाब के आखे नहीं लगते तो फिर तो रिश्तेदार तोड़ देने चाहिए ने। फिर यह रिश्तेदार रख के की करना? अज डट के पहरा देने की लोड़, अपने हकों की लड़ाई लड़नी पवेगी। साढ़े 8 साल हो गए ने सरकार चल रही, हम सिर्फ 1.5 साल 1.5 साल बाकी रह गए। जे हजे भी असं काम नहीं करा पावे तो कदों करा? 2 दिन पहला मान्योग सरकार योग सरदार सुखबीर सिंह बादल साहब इतने आए, साड़ी मंग सी कि मैं उन्होंने बड़ी बारी यह बेनती की थी कि डंप के उत्ते कूड़े से मिट्टी पाई जाए, कंधा खड़िया कीतिया जाए। पर मैं भी पता कि उन्होंने आर्डर के बावजूद भी अफसर पैसा नहीं सी मुहैया करा, अफसर च बड़ी वड्डी कमी सी। पर मैं धन्यवाद करता कि उन्होंने इन्नी गल की है, मिट्टी पै जाएगी, कंधा हो जाएगी, तो सानू सारियां नू जिहड़ी बदबू है उत्तों निजात मिले। पर इहदे नाल नाल जिहड़ा उहदे एक होर गल हुई कि फैक्ट्री इत्थे लगेगी, मेरा ख्याल है कि उन्होंने तत्थां दे नाल जाणू नहीं कराया। असीं फैक्ट्री किसे कीमत ते नहीं इत्थे लगन देणी। मैं सारे अमृतसर साहब के सारे जिन्ने मौजूदा MLA साहब ने, सबका MLA साहब ने, मौजूदा MP साहब ने, सबका MP साहब ने, हर एक बंदे को मैं न्यौता देना कि पार्टियां तो उपर उठ जाओ। जे शहर को बचाना है तो इस मंच से आके इकट्ठे होना पड़ेगा और यह लड़ाई सांझी लड़नी पड़ेगी।